ਤਲਵਾੜਾ ਵਿੱਚ 7ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਅੱਜ ਅਸੀਂ ਤੁਹਾਨੂੰ ਪੰਜਾਬੀ ਦੀ 100 ਦਿਨਾਂ ਪੜ੍ਹਨ ਮੁਹਿੰਮ ਦੇ ਅਧੀਨ ਇਸ ਦੇ 11ਵੇਂ ਹਫ਼ਤੇ ਵਿੱਚ ਇੱਕ ਕਹਾਣੀ ਸੁਣਾਉਣ ਜਾ ਰਹੇ ਹਾਂ। ਅੰਤ ਵਿੱਚ ਮੇਰੀ ਸਹੇਲੀ ਅੰਜਲੀ ਇਸ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰੇਗੀ। ਮੇਰੀ ਕਹਾਣੀ ਦਾ ਨਾਂ ਹੈ ਦੋ ਮਿੱਤਰ ਅਤੇ ਭਾਲੂ। ਇੱਕ ਵਾਰ ਦੀ ਗੱਲ ਹੈ, ਦੋ ਮਿੱਤਰ ਜੰਗਲ ਵਿੱਚ ਜਾ ਰਹੇ ਸਨ। ਉਹਨਾਂ ਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਹਨੇਰਾ ਬਹੁਤ ਸੀ। ਉਹ ਆਪਣੇ ਡਰ ਨੂੰ ਕੰਮ ਘੱਟ ਕਰਨ ਲਈ ਆਪਸ ਵਿੱਚ ਗੱਲਾਂ ਕਰਨ ਲੱਗੇ। ਅਚਾਨਕ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਵੱਲ ਇੱਕ ਭਾਲੂ ਆ ਰਿਹਾ ਹੈ। ਉਹ ਦੋਵੇਂ ਡਰ ਗਏ। ਪਹਿਲੇ ਮਿੱਤਰ ਨੂੰ ਰੁੱਖ ਉੱਪਰ ਚੜ੍ਹਨਾ ਆਉਂਦਾ ਸੀ, ਉਹ ਫਟਾਫਟ ਰੁੱਖ ਉੱਪਰ ਚੜ੍ਹ ਗਿਆ, ਪਰ ਦੂਜੇ ਮਿੱਤਰ ਨੂੰ ਰੁੱਖ ਉੱਪਰ ਚੜ੍ਹਨਾ ਨਹੀਂ ਸੀ ਆਉਂਦਾ। ਉਸਨੇ ਕਿੱਥੋਂ ਸੁਣਿਆ ਸੀ ਕਿ ਭਾਲੂ ਮਰੇ ਹੋਏ ਬੰਦਿਆਂ ਨੂੰ ਕੁਛ ਨਹੀਂ ਕਹਿੰਦਾ। ਉਹ ਆਪਣੀ ਸਾਹ ਰੁੱਕ ਕੇ ਜ਼ਮੀਨ ਤੇ ਲੇਟ ਗਿਆ ਅਤੇ ਭਾਲੂ ਉਸਦੇ ਨੇੜੇ ਆਇਆ। ਉਸਨੇ ਉਸਦੇ ਕੰਨ, ਨੱਕ ਅਤੇ ਮੂੰਹ ਸੁੰਘੇ ਤੇ ਉਹ ਚੱਲ ਗਿਆ। ਭਾਲੂ ਦੇ ਜਾਣ ਤੋਂ ਬਾਅਦ ਪਹਿਲਾ ਮਿੱਤਰ ਰੁੱਖ ਉੱਪਰੋਂ ਹੇਠਾਂ ਆਇਆ। ਉਸਨੇ ਦੂਜੇ ਮਿੱਤਰ ਤੋਂ ਪੁੱਛਿਆ ਕਿ ਭਾਲੂ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ। ਦੂਜੇ ਮਿੱਤਰ ਨੇ ਕਿਹਾ ਕਿ ਭਾਲੂ ਕਹਿ ਰਿਹਾ ਸੀ ਕਿ ਜਿਹੜਾ ਮਿੱਤਰ ਮੁਸੀਬਤ ਵੇਲੇ ਕੰਮ ਨਾ ਆਵੇ ਉਹ ਸੱਚਾ ਮਿੱਤਰ ਨਹੀਂ ਹੁੰਦਾ। ਪਹਿਲਾ ਮਿੱਤਰ ਸਾਰੀ ਗੱਲ ਸਮਝ ਚੁੱਕਿਆ ਸੀ। ਉਸਨੇ ਦੂਜੇ ਮਿੱਤਰ ਤੋਂ ਮਾਫ਼ੀ ਮੰਗੀ। ਸਿੱਖਿਆ, ਸਵਾਰਥੀ ਮਿੱਤਰਾਂ ਤੋਂ ਬਚੋ। ਜਿਵੇਂ ਕਿ ਤੁਹਾਨੂੰ ਮੇਰੀ ਸਹੇਲੀ ਵੰਸ਼ਿਕਾ ਨੇ ਕਹਾਣੀ ਸੁਣਾਈ ਹੈ, ਦੋ ਮਿੱਤਰ ਅਤੇ ਭਾਲੂ। ਜਦੋਂ ਭਾਲੂ ਆ ਰਿਹਾ ਸੀ ਤਾਂ ਦੋਨੇ ਮਿੱਤਰ ਇੱਕ ਦੂਜੇ ਨਾਲ ਖੜੇ ਹੋ ਗਏ ਅਤੇ ਪਹਿਲੇ ਮਿੱਤਰ ਨੇ ਕਿਹਾ, ਮੈਨੂੰ ਦਰਖਤ 'ਤੇ ਚੜ੍ਹਨਾ ਆਉਂਦਾ ਹੈ, ਤੂੰ ਵੀ ਮੇਰੇ ਨਾਲ ਆ ਜਾ। ਦੂਸਰੇ ਮਿੱਤਰ ਨੇ ਕਿਹਾ, ਮੈਨੂੰ ਦਰਖਤ 'ਤੇ ਚੜ੍ਹਨਾ ਨਹੀਂ ਆਉਂਦਾ, ਮੈਂ ਤੇਰੇ ਨਾਲ ਨਹੀਂ ਆਵਾਂਗਾ ਤਾਂ ਤੂੰ ਆਪਣੀ ਜਾਨ ਬਚਾ ਲੈ। ਪਹਿਲੇ ਮਿੱਤਰ ਨੇ ਕਿਹਾ, ਨਹੀਂ ਮੈਂ ਤੈਨੂੰ ਇਕੱਲਾ ਛੱਡ ਕੇ ਨਹੀਂ ਜਾਵਾਂਗਾ। ਫਿਰ ਪਹਿਲੇ ਮਿੱਤਰ ਨੇ ਦੂਸਰੇ ਮਿੱਤਰ ਨੂੰ ਦਰਖਤ 'ਤੇ ਚੜ੍ਹਾਇਆ ਅਤੇ ਉਹਨਾਂ ਦੋਵਾਂ ਦੀ ਜਾਨ ਬਚ ਗਈ। ਇਸ ਤਰ੍ਹਾਂ ਭਾਲੂ ਉੱਥੋਂ ਦੀ ਚਲਾ ਗਿਆ ਅਤੇ ਦੋਵੇਂ ਮਿੱਤਰ ਦਰਖਤ ਤੋਂ ਹੇਠਾਂ ਆ ਗਏ। ਸਿੱਖਿਆ, ਸਾਨੂੰ ਮੁਸੀਬਤ ਵੇਲੇ ਆਪਣੇ ਮਿੱਤਰਾਂ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ। ਧੰਨਵਾਦ।